सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। गौड़ी महला तीजा पिर बिन खरी निमाणी जियो बिन पिर क्यों जीवा मेरी माई पिर बिन नींद न आवे जियो कापड़ तन न सुहाई कापड़ तन सुहावे जा पिर पावे गुरमति चित लाई है सदा सुहागण जा सतगुर सेवे गुर कै अंक समाई है गुर शब्द मेला ता प्रेरावी लाहा नाम संसारे नानक कामण नहा प्यारी जा हर के गुण सारे साधन रंग माणे जियो अपने नाल प्यारे अहनिस रंग राती जियो गुर शब्द विचारे गुर शब्द विचारे हौ मैं मारे इन बिद मिलो प्यारे साधन सोहागण सदा रंग राती साचे नाम प्यारे अपने गुर मिल रही है अमृत गई है दुविधा मार निवारे नानक कामण हर वर पाया सगले दुख विसारे कामण पिरों भुली जियो माया मोह प्यारे झूठी झूठ लगी जियो कूड़ मुठी कूड़ियारे कूड़ निवारे गुरमत सारे जुए जन्म नहारे गुर शब्द सेवे सच समावे विचों हों मैं मारे हर का नाम हृदय वसाए ऐसा करे सिंगारो नानक कामण सह समाणी जिस साचा नाम आधारो मिल मेरे प्रीतमा जियो तुद बिन खरी निवाणी मैं नैणी नींद न आवे जियो पावे अन्न ना पानी पानी अन्न न भावे मरिए हावे बिन फिर क्यों सुख पाइए गुर आगे करूं बिनंती जे गुर पावे ज्यों मिले तिवे मिलाइए आपे मेल लए सुखदाता आप मिलिया घर आए नानक कामण तदा सुहागण ना पिर मरे न जाए वाहिगुरु जी का खालसा वाहिगुरु जी की फतेह। धन धन गुरु अमरदास सच्चे पातशाह इस पावन शब्द द्वारा उस जीव स्त्री की हालत बयान करते हैं ते उदे वल्लों परमात्मा दे चरणा विच कीती हुई अरदास तथा उस अरदास करन दा ढंग भी दसते हैं। पिर बिन खरी निमाणी जियो बिन पिर क्यों जीवा मेरी माई पिर बिन अपने प्यारे पति नू मिले तो बिन खरी निमाणी जियो खरी तो भाव बहुत ही मैं निमाणी हाँ भाव निम्मो चूनी हाँ उदास हाँ मुरझाई हुई हाँ क्योंकि आसरे तो बिना जीवन विच ओ खड़ाओ नहीं होता। गुरबाणी विच इस्त्री नू वेल नाल भी तुलना देती और वेल जड़ी है वो जे आसरे नाल होवे तो फिर वो किधरे दी किधरे पहुँच जाती भाव किनिया उचाइयां नू छू लेंदी
ਪਰ ਜੇ ਉਹਦਾ ਆਸਰਾ ਟੁੱਟ ਜਾਏ ਜਾਂ ਨਾ ਮਿਲੇ ਫਿਰ ਉਹੋ ਹੀ ਵੇਲ ਧਰਤੀ 'ਤੇ ਪਈ ਮੁਰਝਾ ਜਾਂਦੀ। ਸੱਚਮੁੱਚ ਇਸੇ ਤਰ੍ਹਾਂ ਜੀਵ ਇਸਤਰੀ ਨੂੰ ਜਦੋਂ ਤੀਕਰ ਪਰਮਾਤਮਾ ਪਤੀ ਦੀ ਟੇਕ ਨਹੀਂ ਮਿਲਦੀ, ਪਿਰ ਬਿਨ ਖਰੀ ਨਿਮਾਣੀ ਜੀਓ, ਬਿਨ ਪਿਰ ਕਿਉਂ ਜੀਵਾਂ ਮੇਰੀ ਮਾਈ। ਹੇ ਮੇਰੀ ਮਾਂ, ਮੈਂ ਆਪਣੇ ਪਿਆਰੇ ਤੋਂ ਬਿਨਾਂ ਕਿਵੇਂ ਜੀ ਸਕਦੀ, ਕਿਉਂਕਿ ਪਿਰ ਬਿਨ ਨੀਂਦ ਨ ਆਵੇ ਜੀਓ, ਕਾਪੜ ਤਨ ਨਾ ਸੁਹਾਈ। ਪਿਆਰੇ ਦੇ ਮਿਲਾਪ ਤੋਂ ਬਿਨਾਂ ਮੈਨੂੰ ਉਹ ਸੁੱਖ ਦੀ ਨੀਂਦਰ ਆਉਂਦੀ ਨਹੀਂ, ਮੇਰੀਆਂ ਅੱਖਾਂ ਵਿੱਚ ਹਰ ਵੇਲੇ ਨੀਂਦ ਰੜਕਦੀ ਹੈ। ਜਦੋਂ ਤੀਕਰ ਪਿਆਰੇ ਦੇ ਦਰਸ਼ਨ ਨਹੀਂ ਹੁੰਦੇ ਉਦੋਂ ਤੀਕਰ ਮੇਰੀ ਅਵਸਥਾ ਇਹੋ ਜਿਹੀ ਹੈ ਜਿਵੇਂ ਮੱਛੀ ਪਾਣੀ ਤੋਂ ਬਾਹਰ ਤੜਫਦੀ ਹੈ। ਪਿਰ ਬਿਨ ਨੀਂਦ ਨ ਆਵੇ ਜੀਓ, ਕਾਪੜ ਤਨ ਨਾ ਸੁਹਾਈ। ਤਨ ਦੇ ਨੰਨੇ ਨੂੰ ਸਿਹਾਰੀ ਹੈ, ਮੇਰੇ ਸਰੀਰ ਉੱਤੇ ਕੱਪੜੇ ਵੀ ਨਹੀਂ ਸੁਖਾਉਂਦੇ, ਨਹੀਂ ਸੋਹਣੇ ਲੱਗਦੇ, ਨਹੀਂ ਚੰਗੇ ਲੱਗਦੇ, ਭਾਵ ਮੈਨੂੰ ਕੋਈ ਕੱਪੜੇ ਪਾਉਣ ਦੀ ਰੁਚੀ ਨਹੀਂ। ਨਹੀਂ ਤਾਂ ਆਮ ਤੌਰ 'ਤੇ ਸੁਹਾਗਣਾ ਹਾਰ ਸ਼ਿੰਗਾਰ ਕਰਦੀਆਂ ਨੇ, ਸੋਹਣੇ ਸੋਹਣੇ ਕੱਪੜੇ ਪਾਉਂਦੀਆਂ ਨੇ, ਪਰ ਪਿਆਰੇ ਤੋਂ ਬਿਨਾਂ ਮੇਰੀ ਇਹ ਅਵਸਥਾ ਹੈ। ਪਿਰ ਬਿਨ ਖਰੀ ਨਿਮਾਣੀ ਜੀਓ, ਬਿਨ ਪਿਰ ਕਿਉਂ ਜੀਵਾਂ ਮੇਰੀ ਮਾਈ। ਪਿਰ ਬਿਨ ਨੀਂਦ ਨ ਆਵੇ ਜੀਓ, ਕਾਪੜ ਤਨ ਨਾ ਸੁਹਾਈ। ਮੇਰੇ ਸਰੀਰ 'ਤੇ ਕੱਪੜੇ ਵੀ ਚੰਗੇ ਨਹੀਂ ਲੱਗਦੇ। ਕਾਪੜ ਤਨ ਸੁਹਾਵੇ ਜਾਂ ਪਿਰ ਭਾਵੇ, ਗੁਰਮਤੀ ਚਿਤ ਲਾਈਏ। ਨਾਲ ਹੀ ਅਗਲੀ ਪੰਕਤੀ ਵਿੱਚ ਫਰਮਾਉਂਦੇ ਨੇ, ਕੱਪੜੇ ਤਨ 'ਤੇ ਸੋਹਣੇ ਲੱਗਦੇ ਹਨ ਕਦੋਂ, ਜਾਂ ਪਿਰ ਭਾਵੇ, ਜਦੋਂ ਪਿਆਰੇ ਨੂੰ ਚੰਗੀ ਲੱਗੇ। ਭਾਵ ਜਦੋਂ ਪਿਆਰੇ ਦਾ ਪਿਆਰ ਪ੍ਰਾਪਤ ਹੋ ਜਾਏ ਫਿਰ ਕੱਪੜੇ ਸੋਹਣੇ ਲੱਗਦੇ ਨੇ, ਪਰ ਤਰੀਕਾ ਕੀ ਹੈ? ਗੁਰਮਤੀ ਚਿਤ ਲਾਈਏ, ਗੁਰੂ ਦੀ ਮਤ ਲੈ ਕੇ ਆਪਣੇ ਪਿਆਰੇ ਪਤੀ ਦੇ ਨਾਲ ਚਿਤ ਲਾਉਣਾ ਕਰੀ। ਚਿਤ ਲਾਉਣ ਦਾ ਕੀ ਭਾਵ ਹੈ? ਕਿ ਉਸ ਦੇ ਗੁਣਾਂ ਨੂੰ ਯਾਦ ਕਰੀ। ਔਰ ਜਿਹੜੀ ਜੀਵ ਇਸਤਰੀ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ, ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਗੁਰ ਕੈ ਅੰਕ ਸਮਾਈ ਹੈ, ਉਹ ਫਿਰ ਸਦਾ ਸੁਹਾਗਣ ਹੋ ਜਾਂਦੇ। ਕਦੋਂ? ਜਾਂ ਸਤਿਗੁਰ ਸੇਵੇ, ਜਦੋਂ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦੀ ਯਾਦ ਵੀ ਜੁੜਦੀ। ਦੇਖੋ, ਗੁਰੂ ਮਹਾਰਾਜ ਨੇ ਤਾਂ ਸਾਨੂੰ ਬਹੁਤ ਸਰਲ ਤਰੀਕੇ ਨਾਲ ਸਮਝਾਇਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੁੱਖ ਲੈ ਜਾਵੇ। ਭਾਈ ਗੁਰਦਾਸ ਜੀ ਨੇ ਵੀ ਬੜੀ ਕਿਰਪਾ ਕੀਤੀ, ਆਖਿਆ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਹਾਵੰਦਾ। ਗੁਰ ਕੈ ਬਚਨੇ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਇਹ ਤਰੀਕਾ ਹੈ। ਤਾਂ ਜਦੋਂ ਕੋਈ ਜੀਵ ਇਸਤਰੀ ਉਸ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦੀ, ਕਾਪਰ ਤਨ ਸੁਹਾਵੇ ਜਾਂ ਪਿਰ ਭਾਵੇ, ਗੁਰਮਤੀ ਚਿਤ ਲਾਈਏ, ਤਾਂ ਗੁਰੂ ਦੀ ਮਤ ਦੁਆਰਾ ਆਪਣੇ ਚਿੱਤ ਨੂੰ ਉਸ ਪਤੀ ਦੀ ਯਾਦ ਵਿੱਚ ਲਾਉਣਾ ਕਰੀ। ਅਤੇ ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਜਦੋਂ ਕੋਈ ਸਤਿਗੁਰੂ ਨੂੰ ਸੇਵਦਾ, ਭਾਵ ਸਤਿਗੁਰੂ ਦੇ ਦੱਸੇ ਮਾਰਗ 'ਤੇ ਚੱਲਦਾ, ਕਿਉਂਕਿ ਗੁਰੂ ਦੀ ਸੇਵਾ ਗੁਰੂ ਦੇ ਹੁਕਮ ਮੰਨਣ ਨਾਲ ਹੈ। ਗੁਰੂ ਰਾਮਦਾਸ ਜੀ ਤਾਂ ਫਰਮਾਉਂਦੇ ਨੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਗੁਰ ਕੈ ਅੰਕ ਸਮਾਈ ਹੈ। ਤਾਂ ਗੁਰੂ ਦੀ ਗੋਦ ਵਿੱਚ ਸਮਾਏ ਰਹੀ,
ਭਾਵ ਗੁਰੂ ਦੇ ਬਚਨਾਂ ਤੋਂ ਕਦੇ ਵੀ ਸੱਜੇ ਖੱਬੇ ਨਾ ਜਾਈ। ਜਿਸ ਮਾਰਗ 'ਤੇ ਚੱਲਣ ਲਈ ਗੁਰੂ ਜੀ ਕਹਿੰਦੇ ਨੇ ਉਹ ਕਰੀਏ, ਅਤੇ ਗੁਰੂ ਜੀ ਕੀ ਕਹਿੰਦੇ ਨੇ, ਆਪ ਗਵਾਈ ਹੈ ਤਾਂ ਸ਼ੈ ਪਾਈ ਹੈ, ਔਰ ਕੈਸੀ ਚਤੁਰਾਈ, ਸ਼ੋ ਨਦਰ ਕਰ ਦੇਖੈ ਸੋਧਨ ਲੇਖੈ, ਕਾਮਣ ਨੌ ਨਿਧ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ। ਤੋ ਸਤਿਗੁਰ ਸੇਵੇ, ਸਦਾ ਗੁਰੂ ਦੀ ਸੇਵਾ ਵਿੱਚ ਜੁੜੇ ਰਹੀ। ਜਿਹੜੀਆਂ ਜੀਵ ਇਸਤਰੀਆਂ ਗੁਰੂ ਦੇ ਦੱਸੇ ਮਾਰਗ 'ਤੇ ਚੱਲਦੀਆਂ ਨੇ ਉਹ ਫਿਰ ਸਦਾ ਸੁਹਾਗਣ। ਇਸ ਲਈ ਗੁਰ ਕੈ ਅੰਕ ਸਮਾਈ, ਗੁਰੂ ਦੀ ਗੋਦ ਵਿੱਚ ਸਮਾਏ ਰਹਿਣਾ ਚਾਹੀਦਾ, ਭਾਵ ਗੁਰੂ ਤੋਂ ਕਦੇ ਵਿਛੁੜਨਾ ਨਹੀਂ ਚਾਹੀਦਾ। ਗੁਰ ਸ਼ਬਦ ਹੈ ਮੇਲਾ ਤਾਂ ਪ੍ਰੇਰਾਵੀ, ਲਾਹਾ ਨਾਮ ਸੰਸਾਰੇ। ਗੁਰੂ ਦੇ ਸ਼ਬਦ ਦੁਆਰਾ ਮੇਲ ਹੋ ਜਾਂਦਾ, ਜਿਸ ਦਾ ਮੇਲ ਹੋ ਜਾਂਦਾ ਤਾਂ ਪ੍ਰੇਰਾਵੀ, ਉਸ ਨੂੰ ਪਿਆਰਾ ਪਤੀ ਰਾਮਦਾ ਹੈ। ਅਤੇ ਲਾਹਾ ਨਾਮ ਸੰਸਾਰੇ, ਇਸ ਸੰਸਾਰ ਦੇ ਅੰਦਰ ਪਰਮਾਤਮਾ ਦਾ ਨਾਮ ਜਪਣਾ ਹੀ ਲਾਹਾ ਹੈ। ਨਾਨਕ ਕਾਮਣ ਨਾ ਪਿਆਰੀ ਜਾਂ ਹਰ ਕੇ ਗੁਣ ਸਾਰੇ, ਨਾਨਕ ਜੀ ਫਰਮਾਉਂਦੇ ਨੇ ਉਹ ਕਾਮਣ ਜੀਵ ਇਸਤਰੀ ਆਪਣੇ ਪਿਆਰੇ ਨੂੰ ਪਿਆਰੀ ਲੱਗਦੀ ਹੈ। ਕਦੋਂ? ਜਾਂ ਹਰ ਕੇ ਗੁਣ ਸਾਰੇ, ਜਿਹੜੀ ਆਪਣੇ ਪਤੀ ਦੇ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰਦੇ। ਸਾਧਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ, ਉਹ ਸਾਧਨ ਇਸਤਰੀ ਰੰਗ ਮਾਣਦੀ ਹੈ, ਆਪਣੇ ਪਿਆਰੇ ਨਾਲ ਜੁੜ ਕੇ ਬੈਠਦੀ ਹੈ, ਆਪਣੇ ਪਿਆਰੇ ਨਾਲ ਆਪਣਾ ਮਨ ਮਿਲਾਉਂਦੀ ਹੈ, ਅਤੇ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਜੁੜੇ ਰਹਿੰਦੀ। ਐਨਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ। ਦੇਖੋ ਕਿਤਨਾ ਸਰਲ ਤਰੀਕਾ ਗੁਰੂ ਜੀ ਨੇ ਦੱਸਿਆ, ਭਾਈ ਦਿਨੇ ਰਾਤੀ ਉਸਦੇ ਰੰਗ ਵਿੱਚ ਰਤੀ ਰਹਿਣ ਲਈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ। ਅੱਜ ਮੈਂ ਦੇਖਦਾ ਹਾਂ ਅਸੀਂ ਗਿਣਤੀ ਮਿਣਤੀ ਦੇ ਪਾਠ ਕਰ ਰਹੇ ਹਾਂ, ਜੇ ਪੁੱਛੀਏ ਸ਼ਬਦ ਦਾ ਵਿਚਾਰ ਕਦੇ ਸਮਝਿਆ, ਕਦੇ ਸ਼ਬਦ ਦੇ ਅਰਥ ਜਾਣੇ ਨੇ, ਉਹ ਜੀ ਉੱਥੇ ਗਿਆਨੀਆਂ ਦਾ ਕੰਮ ਹੈ। ਨਹੀਂ ਭਾਈ, ਇਹ ਹਰ ਗੁਰਸਿੱਖ ਮਾਈ ਭਾਈ ਦਾ ਕੰਮ। ਗੁਰੂ ਜੀ ਤਰੀਕਾ ਦੱਸ ਰਹੇ ਨੇ, ਸਾਧਨ ਰੰਗ ਮਾਣੇ ਜੀਉ ਆਪਣੇ ਨਾਲ ਪਿਆਰੇ, ਐਨਸ ਰੰਗ ਰਾਤੀ ਜੀਉ ਗੁਰ ਸ਼ਬਦ ਵਿਚਾਰੇ। ਇਹ ਤਾਂ ਹਰ ਇੱਕ ਲਈ ਜ਼ਰੂਰੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਗੁਰੂ ਦੇ ਸ਼ਬਦ ਤੋਂ ਸੇਧ ਲੈਣੀ ਹਰ ਇੱਕ ਲਈ ਜ਼ਰੂਰੀ ਹੈ। ਗੁਰ ਸ਼ਬਦ ਵਿਚਾਰੇ ਹਉ ਮੈਂ ਮਾਰੇ, ਇਨ ਬਿਧ ਮਿਲੋ ਪਿਆਰੇ। ਭਾਈ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਫਿਰ ਹਉ ਮੈਂ ਮਾਰੇ ਆਪਣੇ ਅੰਦਰੋਂ ਅਹੰਕਾਰ ਦੀ ਭਾਵਨਾ ਨੂੰ ਖਤਮ ਕਰੇ, ਇਨ ਬਿਧ ਮਿਲੋ ਪਿਆਰੇ। ਇਹ ਹੈ ਤਰੀਕਾ ਉਸ ਪਿਆਰੇ ਨੂੰ ਮਿਲਣ ਦਾ। ਸਾਧਨ ਸੁਹਾਗਣ ਸਦਾ ਰੰਗ ਰਾਤੀ, ਸੱਚ ਨਾਮ ਪਿਆਰੇ। ਆਖਿਆ ਉਹ ਜੀਵ ਇਸਤਰੀ ਸਦਾ ਸੁਹਾਗਣ ਹੈ, ਸਦਾ ਪ੍ਰਭੂ ਪਿਆਰੇ ਦੇ ਰੰਗ ਵਿੱਚ ਰਤੀ ਹੋਈ, ਔਰ ਸੱਚੇ ਨਾਮ ਪਿਆਰੇ, ਉਸ ਸੱਚੇ ਦੇ ਨਾਮ ਨਾਲ ਪਿਆਰ ਕਰ। ਉਹਨੂੰ ਤਾਂ ਕਿਸੇ ਘੜੀ ਕਿਸੇ ਪਲ ਆਪਣਾ ਪਿਆਰਾ ਭੁੱਲਦਾ ਹੀ ਨਹੀਂ। ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਈ ਹੈ, ਦੁਬਦਾ ਮਾਨ ਨਿਵਾਰੇ। ਤਾਂ ਤਾਂ ਭਾਈ ਹਰ ਵੇਲੇ ਆਪਣੇ ਗੁਰੂ ਨੂੰ ਮਿਲੇ ਰਹੀਏ। ਹੁਣ ਗੁਰੂ ਨੂੰ ਮਿਲੇ ਰਹਿਣ ਦਾ ਕੀ ਤਰੀਕਾ? ਗੁਰੂ ਦੇ ਬਚਨਾਂ ਨੂੰ ਯਾਦ ਰੱਖੀਏ, ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਰੋਕਿਆ ਰੁਕ ਜਾਈਏ, ਜਿਹੜੇ ਕੰਮ ਗੁਰੂ ਜੀ ਨੇ ਕਰਨ ਲਈ ਕਿਹਾ ਕਰੀਏ। ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਈ ਹੈ, ਇਹਨਾਂ ਝੂਠੇ ਪਦਾਰਥਾਂ ਵੱਲ ਨਾ ਜਾਈਏ, ਸਗੋਂ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਗਈ ਹੈ ਗ੍ਰਹਿਣ ਕਰੀਏ, ਪਕੜੀਏ, ਹਿਰਦੇ ਵਿੱਚ ਵਸਾਈ। ਦੁਬਿਧਾ ਮਾਰ ਨਿਵਾਰੇ, ਅਤੇ ਆਪਣੇ ਅੰਦਰੋਂ ਜਿਹੜਾ ਦੋ ਚਿਤਾਪਨ ਹੈ ਇਹਨੂੰ ਖਤਮ ਕਰਕੇ ਨਿਵਾਰੇ ਦੂਰ ਕਰਨਾ ਕਰ, ਕਿਉਂਕਿ ਸਾਨੂੰ ਦੋ ਚਿਤਾਪਨ ਜਿਹੜਾ ਇਹ ਹਮੇਸ਼ਾ ਪਟਕਾਈ ਰੱਖਦਾ,
ਇਹ ਕਦੇ ਇੱਕ ਪਾਸੇ ਤੁਰ ਨਹੀਂ ਦਿੰਦਾ। ਫਿਰ ਪਾਤਸ਼ਾਹ ਨੇ ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ। ਨਾਨਕ ਜੀ ਫਰਮਾਉਂਦੇ ਨੇ ਜਿਸ ਜੀਵ ਇਸਤਰੀ ਨੇ ਗੁਰੂ ਦੇ ਦੱਸੇ ਰਾਹ 'ਤੇ ਚੱਲ ਕੇ ਉਸ ਹਰੀ ਵਰ ਨੂੰ ਪਾ ਲਿਆ ਹੈ, ਸਗਲੇ ਦੁੱਖ ਵਿਸਾਰੇ, ਉਹਨੂੰ ਸਾਰੇ ਦੁੱਖ ਭੁੱਲ ਜਾਂਦੇ ਨੇ ਤਥਾ ਸਾਰੇ ਦੁੱਖ ਉਹਨੂੰ ਛੱਡ ਜਾਂਦੇ ਨੇ। ਸਤਿਗੁਰੂ ਤਾਂ ਰੋਜ਼ ਕਹਿੰਦੇ ਨੇ ਭਾਈ ਜੇ ਇਹਨਾਂ ਦੁੱਖਾਂ ਤੋਂ ਬਚਣਾ ਤਾਂ ਇੱਕੋ ਇੱਕ ਤਰੀਕਾ ਹੈ, ਉਸ ਪਰਮਾਤਮਾ ਦੇ ਗੁਣ ਗਾਓ। ਕਦੋਂ ਗਾਓ, ਕਿਵੇਂ ਗਾਓ? ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈ ਹੈ। ਜਿਹੜੀਆਂ ਸੁਹਾਗਣਾਂ ਨੇ ਉਹ ਕਦੇ ਆਪਣੇ ਪਤੀ ਨੂੰ ਭੁੱਲਦੀਆਂ ਨਹੀਂ। ਉਹਨਾਂ ਨੂੰ ਦੁਨੀਆਂ ਦੀਆਂ ਭਾਵੇਂ ਕਿਤਨੀਆਂ ਸੁਖਦਾਈ ਚੀਜ਼ਾਂ ਕੋਈ ਦੇਵੇ, ਕੋਈ ਕਿਤਨੇ ਸਬਜ਼ ਬਾਗ ਵਿਖਾਵੇ, ਉਹਨਾਂ ਉੱਤੇ ਕੋਈ ਅਸਰ ਨਹੀਂ। ਤਾਂ ਤਾਂ ਗੁਰਦੇਵ ਕਹਿੰਦੇ ਨੇ ਇਸਦਾ ਤਰੀਕਾ ਇਹੋ ਹੀ ਹੈ, ਆਪਣੇ ਗੁਰ ਮਿਲ ਰਹੀ ਹੈ, ਅੰਮ੍ਰਿਤ ਗਈ ਹੈ, ਦੁਬਦਾ ਮਾਰ ਨਿਵਾਰੇ, ਨਾਨਕ ਕਾਮਣ ਹਰ ਵਰ ਪਾਇਆ ਸਗਲੇ ਦੁੱਖ ਵਿਸਾਰੇ। ਕਾਮਣ ਪਿਰੋਂ ਭੁੱਲੀ ਜੀਓ ਮਾਇਆ ਮੋਹ ਪਿਆਰੇ। ਹੁਣ ਤੀਜੇ ਪਦ ਵਿੱਚ ਪਾਤਸ਼ਾਹ ਫਰਮਾਉਂਦੇ ਜਿਹੜੀ ਕਾਮਣ, ਜਿਹੜੀ ਜੀਵ ਇਸਤਰੀ ਪਿਰੋਂ ਭੁੱਲੀ ਜੀਓ, ਆਪਣੇ ਪਿਆਰੇ ਤੋਂ ਭੁੱਲ ਗਈ, ਆਪਣੇ ਪਿਆਰੇ ਤੋਂ ਵਿਛੜ ਗਈ, ਆਪਣੇ ਪਿਆਰੇ ਦੀ ਟੇਕ ਛੱਡ ਬੈਠੀ, ਅਤੇ ਮਾਇਆ ਮੋਹ ਪਿਆਰੇ, ਜਿਸ ਨੂੰ ਮਾਇਆ ਦੇ ਮੋਹ ਚੰਗੇ ਲੱਗੇ ਤਥਾ ਜਿਹੜੀ ਮਾਇਆ ਦੇ ਮੋਹ ਵਿੱਚ ਲੱਗੀ। ਦੇਖੋ ਸਾਰੀ ਬਾਣੀ ਵਿੱਚ ਪਾਤਸ਼ਾਹ ਨੇ ਇਹੀ ਫਰਮਾਇਆ, ਭਾਦਿਓ ਏ ਪਰਮ ਪੁਲਾਣੀ ਹੈ, ਭਾਦਿਓ ਪਰਮ ਪੁਲਾਣੀ ਆ, ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਜਿਹੜੀਆਂ ਜੀਵ ਇਸਤਰੀਆਂ ਭਰਮ ਵਿੱਚ ਭੁੱਲ ਗਈਆਂ ਨੇ, ਉਹਨਾਂ ਨੇ ਪ੍ਰਭੂ ਨੂੰ ਛੱਡ ਕੇ ਉਹਦੇ ਦਿੱਤੇ ਹੋਏ ਪਦਾਰਥਾਂ ਦਾ ਮੋਹ ਅਪਣਾ ਲਿਆ। ਕਾਮਣ ਪਿਰੋਂ ਭੁੱਲੀ ਜੀਓ ਮਾਇਆ ਮੋਹ ਪਿਆਰੇ, ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ। ਝੂਠੀ, ਇਹ ਜੋ ਝੂਠੀ ਮਾਇਆ ਤਥਾ ਉਹ ਜੀਵ ਇਸਤਰੀ ਆਪਣੇ ਪਿਆਰੇ ਵੱਲੋਂ ਟੁੱਟ ਕੇ ਝੂਠ ਲੱਗੀ, ਝੂਠੇ ਪਦਾਰਥਾਂ ਵਿੱਚ ਲੱਗੀ, ਔਰ ਕੂੜ ਮੁੱਠੀ ਕੂੜ ਨੇ ਉਸਨੂੰ ਠੱਗ ਲਿਆ ਅਤੇ ਉਹ ਕੂੜਿਆਰ ਬਣ ਗਈ, ਆਪਣੇ ਪਤੀ ਵੱਲੋਂ ਬੇਮੁੱਖ ਹੋ ਗਈ। ਗੁਰੂ ਅਮਰਦਾਸ ਜੀ ਨੇ ਤਾਂ ਸਮਝਾਇਆ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਆਖਿਆ ਵਿਚਾਰਵਾਨਾਂ ਨੂੰ ਪੁੱਛ ਕੇ ਦੇਖੋ, ਜਿਹੜਾ ਜੀਵ ਇਸਤਰੀ ਪਰਮਾਤਮਾ ਨੂੰ ਭੁੱਲ ਗਿਆ ਅਤੇ ਉਹਦੇ ਦਿੱਤੇ ਹੋਏ ਪਦਾਰਥਾਂ ਵਿੱਚ ਲੱਗੇ, ਝੂਠੀ ਝੂਠ ਲੱਗੀ ਜੀਓ ਕੂੜ ਮੁੱਠੀ ਕੂੜਿਆਰੇ, ਕੂੜ ਨਿਵਾਰੇ ਗੁਰਮਤ ਸਾਰੇ ਜੂਏ ਜਨਮ ਨਹਾਰੇ। ਆਖਿਆ ਜਿਹਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ, ਜਿਹਨੂੰ ਗੁਰੂ ਦਾ ਉਪਦੇਸ਼ ਚੰਗਾ ਲੱਗਦਾ, ਉਹ ਆਪਣੇ ਅੰਦਰੋਂ ਇਹਨਾਂ ਕੂੜੇ ਪਦਾਰਥਾਂ ਦੇ ਮੋਹ ਨੂੰ ਨਿਵਾਰੇ, ਦੂਰ ਕਰਦੀ, ਔਰ ਗੁਰਮਤ ਸਾਰੇ ਗੁਰੂ ਦੀ ਮਤ ਨੂੰ ਚੇਤੇ ਰੱਖਦੀ। ਜਿਹਨਾਂ ਕੰਮਾਂ ਲਈ ਗੁਰੂ ਜੀ ਕਹਿੰਦੇ ਨੇ ਉਹ ਕਰਦੀ, ਫਿਰ ਜੂਏ ਜਨਮ ਨਾ ਹਾਰੇ, ਉਹ ਆਪਣੇ ਇਸ ਮਨੁੱਖਾ ਜਨਮ ਨੂੰ ਜੂਏ ਵਿੱਚ ਨਹੀਂ ਹਾਰਦੀ। ਸਤਿਗੁਰੂ ਜੀ ਤਾਂ ਜਗ੍ਹਾ ਜਗ੍ਹਾ 'ਤੇ ਸਮਝਾਉਂਦੇ, ਜਿਨ੍ਹਾਂ ਨੇ ਪਰਮੇਸ਼ਵਰ ਦਾ ਪਿਆਰ ਭੁਲਾ ਦਿੱਤਾ ਅਤੇ ਦਿਖਾਵਾ ਕਰਨ ਲੱਗ ਪਏ ਨੇ, ਉਹਨਾਂ ਦੀ ਹਾਲਤ ਕੀ ਹੈ? ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ। ਆਖਿਆ ਉਹਨਾਂ ਨੇ ਮਰਨਾ ਵੀ ਭੁਲਾ ਦਿੱਤਾ,
ਔਰ ਝੂਠੇ ਪਦਾਰਥਾਂ ਵਿੱਚ ਲੱਗੇ। ਪਰ ਧਨ ਹਨ ਉਹ ਜਿਹੜੇ ਆਪਣੇ ਅੰਦਰੋਂ ਕੂੜ ਨਿਵਾਰੇ, ਗੁਰਮਤਿ ਸਾਰੇ ਜੂਐ ਜਨਮ ਨਹਾਰੇ, ਗੁਰ ਸ਼ਬਦ ਸੇਵੇ ਸੱਚ ਸਮਾਵੇ ਵਿੱਚੋਂ ਹਉਮੈ ਮਾਰੇ। ਜਿਹੜੇ ਗੁਰ ਸ਼ਬਦ ਸੇਵੇ, ਗੁਰੂ ਦਾ ਸ਼ਬਦ ਚੇਤੇ ਰੱਖਦੇ ਨੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ, ਗੁਰੂ ਦੇ ਕਹੇ ਅਨੁਸਾਰ ਚੱਲਦੇ ਨੇ, ਸੱਚ ਸਮਾਵੇ, ਸੱਚ ਦੇ ਚੱਚੇ ਨੂੰ ਸਿਹਰੀ ਹੈ, ਉਹ ਸੱਚ ਵਿੱਚ ਸਮਾ ਜਾਂਦੇ ਨੇ, ਇੱਕਮਿੱਕ ਹੋ ਜਾਂਦੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਦੱਸਿਆ, ਭਾਈ ਜਿਹੜੇ ਗੁਰਮੁਖ ਨੇ, ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੈ, ਉਹਨਾਂ ਦੀ ਅਵਸਥਾ ਕੀ ਹੈ? ਗੁਰਮੁਖ ਸੱਚੇ ਕਾ ਪਹੁ ਪਾਵੇ, ਗੁਰਮੁਖ ਬਾਣੀ ਅਕੜ ਕੜਾਵੇ, ਗੁਰਮੁਖ ਨਿਰਮਲ ਹਰ ਗੁਣ ਗਾਵੇ, ਗੁਰਮੁਖ ਪਵਿੱਤਰ ਪਰਮ ਪਦ ਪਾਵੇ, ਗੁਰਮੁਖ ਰੋਮ ਰੋਮ ਹਰ ਧਿਆਵੇ, ਨਾਨਕ ਗੁਰਮੁਖ ਸਾਜ ਸਮਾਵੇ, ਗੁਰ ਸ਼ਬਦ ਸੇਵੇ ਸੱਚ ਸਮਾਵੇ ਵਿੱਚੋਂ ਹਉਮੈ ਮਾਰੇ। ਆਪਣੇ ਅੰਦਰੋਂ ਹਉਮੈ ਨੂੰ, ਅਹੰਕਾਰ ਨੂੰ ਖਤਮ ਕਰਨਾ। ਹਰ ਕਾ ਨਾਮ ਹਿਰਦੈ ਵਸਾਏ ਐਸਾ ਕਰੇ ਸਿੰਗਾਰੋ। ਜਿਹੜਾ ਹਰ ਵੇਲੇ ਜਿਹੜੀ ਜੀਵ ਇਸਤਰੀ ਹਰੀ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਂਦੀ ਔਰ ਐਸਾ ਕਰੇ ਸਿੰਗਾਰੋ, ਇਹੋ ਜਿਹਾ ਸਿੰਗਾਰ ਕਰਦੇ। ਗੁਰੂ ਮਹਾਰਾਜ ਤਾਂ ਕਹਿੰਦੇ ਨੇ ਸ਼ਿੰਗਾਰ ਕਰੋ, ਪਰ ਕੈਸਾ ਸ਼ਿੰਗਾਰ ਕਰੋ? ਪੈਕੀਆਂ ਦੇ ਸੁਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਏ ਲਾਗੀ ਜਾਂ ਤੇ ਧਰੇ ਪਿਆਰੋ। ਹਰ ਕਾ ਨਾਮ ਹਿਰਦੇ ਵਸਾਏ ਐਸਾ ਕਰੇ ਸ਼ਿੰਗਾਰੋ, ਨਾਨਕ ਕਾਮਣ ਸਹਿ ਸਮਾਣੀ ਜਿਸ ਸਾਚਾ ਨਾਮ ਅਧਾਰੋ। ਨਾਨਕ ਜੀ ਫਰਮਾਉਂਦੇ ਨੇ ਉਹ ਜੀਵ ਇਸਤਰੀ ਸਹਿਜ ਸਮਾਣੀ, ਸਹਿਜ ਅਵਸਥਾ ਵਿੱਚ ਟਿਕ ਗਈ। ਕਿਹੜੀ ਇਸਤਰੀ? ਜਿਸ ਸਾਚਾ ਨਾਮ ਅਧਾਰੋ, ਜਿਸ ਨੇ ਪਰਮੇਸ਼ੁਰ ਦੇ ਸੱਚੇ ਨਾਮ ਨੂੰ ਆਪਣਾ ਆਧਾਰ ਬਣਾ ਲਿਆ। ਫਿਰ ਉਹ ਕੀ ਕਰਦੀ? ਹਰ ਵੇਲੇ ਅਰਦਾਸਾਂ ਕਰਦੀ, ਬੇਨਤੀਆਂ ਕਰਦੀ, ਜੋਦੜੀਆਂ ਕਰਦੀ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਮਿਨ ਖਰੀ ਨਿਵਾਣੀ। ਹੇ ਮੇਰੇ ਪ੍ਰੀਤਮ ਜੀਓ, ਮੈਨੂੰ ਮਿਲੋ, ਮੈਂ ਤੁਹਾਡੇ ਤੋਂ ਬਿਨਾਂ ਖਰੀ ਨਿਵਾਣੀ, ਮੇਰਾ ਕੋਈ ਆਸਰਾ ਨਹੀਂ, ਮੈਨੂੰ ਕੋਈ ਢੋਈ ਨਹੀਂ ਦਿੰਦਾ, ਉਹਦੀਆਂ ਤਾਂ ਜੋਦੜੀਆਂ ਨਹੀਂ ਮੁੱਕਦੀਆਂ। ਜੇ ਭੁੱਲੀ ਜੇ ਚੁੱਕੀ ਸਾਈਂ, ਪੀ ਤਹਿਨ ਜੀ ਕਾਂਡੀਆਂ, ਜਿਨ੍ਹਾਂ ਨੇ ਦੂਜਾਣੇ ਲੱਗਾ ਚੂਰ ਮਰੋ ਸੇ ਵੰਡੀਆਂ, ਹਉ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹ ਮੈਂ ਹੰਜਾਇਆ ਤਰਾ। ਉਹਨਾਂ ਦੀ ਤਾਂ ਹਰ ਵੇਲੇ ਇਹ ਅਰਦਾਸ ਹੈ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਵਾਣੀ, ਮੈਂ ਨੈਣੀ ਨੀਂਦ ਨਿਆਵੈ ਜੀਓ, ਭਾਵੈ ਅੰਨ ਨ ਪਾਣੀ। ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਹੈ, ਮੈਨੂੰ ਅੰਨ ਪਾਣੀ ਵੀ ਚੰਗਾ ਨਹੀਂ ਲੱਗਦਾ। ਪਾਣੀ ਅੰਨ ਨ ਭਾਵੈ, ਮਰੀਐ ਹਾਵੈ, ਬਿਨ ਪਿਰ ਕਿਉਂ ਸੁਖ ਪਾਈਐ। ਨਾ ਮੈਨੂੰ ਪਾਣੀ ਚੰਗਾ ਲੱਗਦਾ, ਨਾ ਅੰਨ ਚੰਗਾ ਲੱਗਦਾ, ਮੈਂ ਤਾਂ ਤੁਹਾਡੇ ਵਿਛੋੜੇ ਕਾਰਨ ਹੋਕਿਆਂ ਨਾਲ ਮਰ ਰਹੀ, ਬਿਨਾਂ ਪਿਆਰੇ ਤੋਂ ਮੈਨੂੰ ਕਿਵੇਂ ਸੁੱਖ ਮਿਲ ਸਕਦਾ? ਗੁਰੇ ਆਗੈ ਕਰੋ ਬੇਨੰਤੀ, ਜੇ ਗੁਰ ਭਾਵੈ ਜਿਉਂ ਮਿਲੈ ਤਿਵੇ ਮਿਲਾਈਐ। ਬਸ ਗੁਰੂ ਅੱਗੇ ਬੇਨਤੀਆਂ ਕਰ, ਹੇ ਸਤਿਗੁਰੂ, ਜਿਵੇਂ ਤੁਹਾਨੂੰ ਚੰਗਾ ਲੱਗੇ ਮੇਰੇ 'ਤੇ ਕਿਰਪਾ ਕਰੋ, ਮੈਨੂੰ ਉਸ ਪਿਆਰੇ ਪਤੀ ਨਾਲ ਮਿਲਾ ਦਿਓ, ਅਤੇ ਆਪੇ ਮੇਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ। ਜਦੋਂ ਸੱਚੇ ਮਨੋਂ ਅਰਦਾਸ ਕਰਦੀ ਜੀਵ ਇਸਤਰੀ, ਫਿਰ ਉਹ ਸੁੱਖਾਂ ਦਾ ਦਾਤਾ ਆਪ ਹੀ ਮਿਹਰਬਾਨ ਹੋ ਕੇ ਮਿਲਾ ਲੈਂਦਾ, ਅਤੇ ਆਪ ਮਿਲਿਆ ਘਰ ਆਏ, ਆਪਣੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ। ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰਮ ਭਰੈ ਨਾ ਜਾਏ। ਨਾਨਕ ਜੀ ਫਰਮਾਉਂਦੇ ਨੇ ਉਹ ਜੀਵ ਇਸਤਰੀ ਸਦਾ ਸੁਹਾਗ ਵਾਲੀ ਬਣ ਜਾਂਦੀ ਹੈ, ਕਿਉਂਕਿ ਪਰਮਾਤਮਾ ਜੋ ਪਤੀ ਹੈ ਉਹ ਨਾ ਕਦੇ ਮਰਦਾ ਹੈ ਨਾ ਕਦੇ ਜਾਂਦਾ, ਇਸ ਲਈ ਉਹ ਇਸਤਰੀ ਸਦਾ ਸੁਹਾਗਣ ਬਣ ਜਾਂਦੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।